ਨਵਨੀਤ ਬਿੱਟੂ ਦਾ ਬਿਆਨ ਬੜਾ ਬੇਤੁੱਕਾ ਬਿਆਨ ਹੈ। ਉਹਨੇ ਉਸ ਵਕਤ ਬਿਆਨ ਦਿੱਤਾ ਜਦੋਂ ਕਾਂਗਰਸ ਨੂੰ ਛੱਡ ਕੇ ਉਹ ਬੀਜੇਪੀ ਦੀ ਝੋਲੀ 'ਚ ਜਾ ਕੇ ਬੈਠ ਗਏ, ਔਰ ਉਸ ਵਕਤ ਦਿੱਤਾ ਜਦੋਂ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਵਿਜ਼ਿਟ ਨੂੰ ਲੈ ਕੇ ਸਾਰੇ ਦੇਸ਼ ਦੀਆਂ ਏਜੰਸੀਆਂ ਇਹਦੀ ਜਾਂਚ ਕਰ ਬੈਠੀਆਂ, ਇਨਕੁਆਇਰੀ ਕਰ ਲਈਆਂ। ਉਹ ਇਨਕੁਆਇਰੀ ਦੇ ਵਿੱਚ ਉਹਨਾਂ ਪਾਇਆ ਏਜੰਸੀਆਂ ਨੇ ਕਿ ਇਹਦੇ ਵਿੱਚ ਮੁੱਖ ਮੰਤਰੀ ਉਸ ਵੇਲੇ ਦੇ ਚਰਨਜੀਤ ਸਿੰਘ ਚੰਨੀ ਦਾ ਕੋਈ ਦੋਸ਼ ਨਹੀਂ, ਕਿਉਂਕਿ ਮੈਂ ਉਸ ਗੱਲ ਦਾ ਗਵਾਹ ਹੈ। ਮੈਂ ਉਸ ਵਕਤ ਮੈਡੀਕਲ ਐਜੂਕੇਸ਼ਨ ਮਿਨਿਸਟਰ ਸੀ, ਮੇਰੇ ਹੀ ਡਿਪਾਰਟਮੈਂਟ ਦਾ ਪ੍ਰੋਗਰਾਮ ਸੀ ਉਹ, ਔਰ ਉਹ ਪ੍ਰਧਾਨ ਮੰਤਰੀ ਦੀ ਆਮਦ 'ਤੇ ਅਸੀਂ ਸਾਰੇ ਬੜੇ ਖੁਸ਼ ਸੀਗੇ। ਲੇਕਿਨ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਕੋਰੋਨਾ ਸੀ, PMO ਦੇ ਕੋਲੋਂ ਇਜਾਜ਼ਤ ਲਈ ਕਿ ਉਹ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਹੋ ਸਕਦੇ, PMO ਨੇ ਇਜਾਜ਼ਤ ਵੀ ਦਿੱਤੀ। ਲੇਕਿਨ ਉਹਦੇ ਵਿੱਚ ਇਹ ਜਾਂਚ ਵੀ ਹੋ ਗਈ। ਇਹ ਜਾਂਚ ਤੋਂ ਬਾਅਦ ਬਿੱਟੂ ਦਾ ਬਿਆਨ ਆਉਣਾ, ਮੈਂ ਸਮਝਣਾ ਕਿ ਇਹ ਗਲਤ ਹੈ, ਬੇਤੁੱਕਾ ਹੈ, ਇਹ 'ਚ ਕੋਈ ਸੱਚਾਈ ਨਹੀਂ। ਨਵਨੀਤ ਬਿੱਟੂ ਦਾ ਬਿਆਨ ਬੜਾ ਬੇਤੁੱਕਾ ਬਿਆਨ ਹੈ। ਉਹਨੇ ਉਸ ਵਕਤ ਬਿਆਨ ਦਿੱਤਾ ਜਦੋਂ ਕਾਂਗਰਸ ਨੂੰ ਛੱਡ ਕੇ ਉਹ ਬੀਜੇਪੀ ਦੀ ਝੋਲੀ 'ਚ ਜਾ ਕੇ ਬੈਠ ਗਏ, ਔਰ ਉਸ ਵਕਤ ਦਿੱਤਾ ਜਦੋਂ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਵਿਜ਼ਿਟ ਨੂੰ ਲੈ ਕੇ ਸਾਰੇ ਦੇਸ਼ ਦੀਆਂ ਏਜੰਸੀਆਂ ਇਹਦੀ ਜਾਂਚ ਕਰ ਬੈਠੀਆਂ, ਇਨਕੁਆਇਰੀ ਕਰ ਲਈਆਂ। ਉਹ ਇਨਕੁਆਇਰੀ ਦੇ ਵਿੱਚ ਉਹਨਾਂ ਪਾਇਆ ਏਜੰਸੀਆਂ ਨੇ ਕਿ ਇਹਦੇ ਵਿੱਚ ਮੁੱਖ ਮੰਤਰੀ ਉਸ ਵੇਲੇ ਦੇ ਚਰਨਜੀਤ ਸਿੰਘ ਚੰਨੀ ਦਾ ਕੋਈ ਦੋਸ਼ ਨਹੀਂ, ਕਿਉਂਕਿ ਮੈਂ ਉਸ ਗੱਲ ਦਾ ਗਵਾਹ ਹੈ। ਮੈਂ ਉਸ ਵਕਤ ਮੈਡੀਕਲ ਐਜੂਕੇਸ਼ਨ ਮਿਨਿਸਟਰ ਸੀ, ਮੇਰੇ ਹੀ ਡਿਪਾਰਟਮੈਂਟ ਦਾ ਪ੍ਰੋਗਰਾਮ ਸੀ ਉਹ, ਔਰ ਉਹ ਪ੍ਰਧਾਨ ਮੰਤਰੀ ਦੀ ਆਮਦ 'ਤੇ ਅਸੀਂ ਸਾਰੇ ਬੜੇ ਖੁਸ਼ ਸੀਗੇ। ਲੇਕਿਨ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਕੋਰੋਨਾ ਸੀ, PMO ਦੇ ਕੋਲੋਂ ਇਜਾਜ਼ਤ ਲਈ ਕਿ ਉਹ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਹੋ ਸਕਦੇ, PMO ਨੇ ਇਜਾਜ਼ਤ ਵੀ ਦੇ ਦਿੱਤੀ। ਲੇਕਿਨ ਉਹਦੇ ਵਿੱਚ ਇਹ ਜਾਂਚ ਵੀ ਹੋ ਗਈ। ਇਹ ਜਾਂਚ ਤੋਂ ਬਾਅਦ ਬਿੱਟੂ ਦਾ ਬਿਆਨ ਆਉਣਾ, ਮੈਂ ਸਮਝਣਾ ਕਿ ਇਹ ਗਲਤ ਹੈ, ਬੇਤੁੱਕਾ ਹੈ, ਇਹ 'ਚ ਕੋਈ ਸੱਚਾਈ ਨਹੀਂ। ਨਵਨੀਤ ਬਿੱਟੂ ਦਾ ਬਿਆਨ ਬੜਾ ਬੇਤੁੱਕਾ ਬਿਆਨ ਹੈ। ਉਹਨੇ ਉਸ ਵਕਤ ਬਿਆਨ ਦਿੱਤਾ ਜਦੋਂ ਕਾਂਗਰਸ ਨੂੰ ਛੱਡ ਕੇ ਉਹ ਬੀਜੇਪੀ ਦੀ ਝੋਲੀ 'ਚ ਜਾ ਕੇ ਬੈਠ ਗਏ, ਔਰ ਉਸ ਵਕਤ ਦਿੱਤਾ ਜਦੋਂ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਵਿਜ਼ਿਟ ਨੂੰ ਲੈ ਕੇ ਸਾਰੇ ਦੇਸ਼ ਦੀਆਂ ਏਜੰਸੀਆਂ ਇਹਦੀ ਜਾਂਚ ਕਰ ਬੈਠੀਆਂ, ਇਨਕੁਆਇਰੀ ਕਰ ਲਈਆਂ। ਉਹ ਇਨਕੁਆਇਰੀ ਦੇ ਵਿੱਚ ਉਹਨਾਂ ਪਾਇਆ ਏਜੰਸੀਆਂ ਨੇ ਕਿ ਇਹਦੇ ਵਿੱਚ ਮੁੱਖ ਮੰਤਰੀ ਉਸ ਵੇਲੇ ਦੇ ਚਰਨਜੀਤ ਸਿੰਘ ਚੰਨੀ ਦਾ ਕੋਈ ਦੋਸ਼ ਨਹੀਂ, ਕਿਉਂਕਿ ਮੈਂ ਉਸ ਗੱਲ ਦਾ ਗਵਾਹ ਹੈ। ਮੈਂ ਉਸ ਵਕਤ ਮੈਡੀਕਲ ਐਜੂਕੇਸ਼ਨ ਮਿਨਿਸਟਰ ਸੀ, ਮੇਰੇ ਹੀ ਡਿਪਾਰਟਮੈਂਟ ਦਾ ਪ੍ਰੋਗਰਾਮ ਸੀ ਉਹ, ਔਰ ਉਹ ਪ੍ਰਧਾਨ ਮੰਤਰੀ ਦੀ ਆਮਦ 'ਤੇ ਅਸੀਂ ਸਾਰੇ ਬੜੇ ਖੁਸ਼ ਸੀਗੇ। ਲੇਕਿਨ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਕੋਰੋਨਾ ਸੀ, PMO ਦੇ ਕੋਲੋਂ ਇਜਾਜ਼ਤ ਲਈ ਕਿ ਉਹ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਹੋ ਸਕਦੇ, PMO ਨੇ ਇਜਾਜ਼ਤ ਵੀ ਦੇ ਦਿੱਤੀ। ਲੇਕਿਨ ਉਹਦੇ ਵਿੱਚ ਇਹ ਜਾਂਚ ਵੀ ਹੋ ਗਈ। ਇਹ ਜਾਂਚ ਤੋਂ ਬਾਅਦ ਬਿੱਟੂ ਦਾ ਬਿਆਨ ਆਉਣਾ, ਮੈਂ ਸਮਝਣਾ ਕਿ ਇਹ ਗਲਤ ਹੈ, ਬੇਤੁੱਕਾ ਹੈ, ਇਹ 'ਚ ਕੋਈ ਸੱਚਾਈ ਨਹੀਂ।